ਇੱਕ ਸਤਿਕਾਰਯੋਗ ਸ਼ਖਸੀਅਤ, ਗਰੀਬਾਂ ਅਤੇ ਲੋੜਵੰਦਾਂ ਪ੍ਰਤੀ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਗੁਰੂ ਘਰ ਨਾਲ ਅਥਾਹ ਪਿਆਰ ਰੱਖਣ ਵਾਲੇ ਸਰਦਾਰ ਗੁਰਨਾਮ ਸਿੰਘ ਕਲੇਰ ਪਰਮਾਤਮਾ ਪਾਸੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪੰਜਾਂ ਤੱਤਾਂ ਵਿਚ ਲੀਨ ਹੋ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਉਨ੍ਹਾਂ ਦੇ ਪਿੰਡ ਸੁਖੇਵਾਲਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ। ਇਸ ਮੌਕੇ ਰਾਗੀ ਸਾਹਿਬਾਨ ਵੱਲੋਂ ਵੀਰਾਗਮੀ ਕੀਰਤਨ ਵੀ ਕੀਤਾ ਗਿਆ।
ਚਾਹ ਕੇ ਵੀ ਮਾਂ ਉਸ ਜਨਮ ਦਲਾਬਾ ਹੋਏ ਦਾ ਬਾਰ ਬਾਰ ਪ੍ਰਾਣ ਫਰ ਫਰ ਕੇ ਭੜੇ ਕਰਕੇ ਪੱਕਾ ਹੋਇਆ ਫਰ ਟਾਹੀ ਨਾਲ ਛੱਡ ਜਾ ਰਹੀ ਲੱਖ ਜਤਨ ਕਰ ਲੈ ਚਾਹ ਕੇ ਵੀ ਉਹ ਟਾਹਿਆ ਜਾਂ ਕਿਸ ਤਰ੍ਹਾਂ ਕੇ ਸਰੀਰ ਰੂਪੀ ਭਾਂਡਾ ਚਿਕਵਾਏ ਪੱਥਰ ਲੱਗ ਗਈ ਤੇ ਮਾਰੇ ਖਤਮ ਹੋ ਗਿਆ ਇਸੇ ਕਰਕੇ ਹਰ ਕਦੇ ਗੱਗਾ ਰੂਪ ਗੁਣ ਰਹੋ ਸਾਸ ਸਾਸ ਦਾ ਪੰਡੀਤ ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰੇ ਉਮੀਦ ਫਿਰ ਤੋਂ ਮਹਾਰਾਜ ਦੇਵੀ ਹੈ ਰਤਰ ਉਸ ਪਰਮਾਤਮਾ ਉਸ ਰੰਕਾਰ ਉਸ ਮਾਲਕ ਨੂੰ ਯਾਦ ਕਰਦਾ ਢਿਰਣੇ ਲੈਣੇ ਚਾਹੀਦੇ ਕਿਉਂਕਿ ਹਰ ਜਪਨਿਆ ਫਿਰ ਢਿਰਣਾ ਕੀਤੀ ਮੇਰੀ ਬਿੰਦਰੀਏ ਪੱਤ ਕੇ ਜਾ ਪੈਸਾ ਆ ਰਹੇ ਹੈ ਅੰਦਰ ਗਿਆ ਬਾਹਰ ਆਉਣਾ ਕਦੀ ਆਉਣਾ ਬਾਹਰ ਗਿਆ ਤਾਂ ਵਾਪਸ ਲੈਣਾ ਕਿਵੇਂ ਆਪਾਂ ਦੁਬਾਰਾ ਹਮ ਆਦਮੀ ਹਾਂ ਕਿਆ ਪਤਾ ਤੇ ਸਾਨੂੰ ਬਚਨ ਕਰਦੇ ਨੇ ਗੁਰਸਿੱਖ ਨਾ ਬਾਰਿਕ ਦਾ ਜੋੜ ਨਾ ਧਰਤੀ ਕਾ ਸ਼ਬਾਦ ਉਹ ਬੇਰਾ ਨਾ ਬੂਝੇ ਜਬ ਆਏ ਪਰੇ ਜਾ ਮਸਾਂ ਬਾਹਰ ਮੌਤ ਨੂੰ ਕੋਈ ਨਹੀਂ ਜਾਣ ਸਕਿਆ ਉਹ ਫੇਰਾ ਉਸ ਸਮੇਂ ਨੂੰ ਪਰ ਮੌਤ ਆਉਂਦੀ ਹੈ ਨਹੀਂ ਵੇਖਦੀ ਹੈ ਇਹ ਬੱਚਾ ਹੈ ਨਾ ਜੋੜ ਨਹੀਂ ਜਵਾਨ ਹੈ ਨਹੀਂ ਜਦੋਂ ਆਉਂਦੀ ਹੈ ਤੇ ਸਾਧੂ ਦਰਸ਼ਨ ਕਰਦੇ ਨੇ ਪਿਆਰਿਆ ਸੰਤਾਂ ਸਾਰੇ ਖੜੇ ਰਹੇ ਆ ਕਿਉਂਕਿ ਜਿਤ ਦਿਹਾੜੇ ਧਾਨੇ ਸ਼ਾਹੀ ਲੈ ਲਖਾਏ ਮਨ ਮੇਰੇ ਕਰਨੀ ਸੁਣਦਾ ਮੂੰਹ ਦਿਖਾਵੇ ਹੈ ਕੀ ਹੁੰਦਾ ਜੋ ਮੂੰਹ ਦਿਖਾਉਣ ਪਹਾਉਂਦਾ ਤੇ ਸਾਹਮਣੇ ਸਾਜਟ ਹੁੰਦਾ ਹੈ ਜਿਤ ਮਾਰੀ ਕੱਢੀਏ ਹੱਡਾ ਤੂੰ ਕੜਕਾਏ ਸਾਰੇ ਲਿਖੇ ਨਾ ਚੱਲਣੀ ਜਿਹਨੂੰ ਕੁਛ ਮਜਾਏ ਦਿੰਦ ਰੋਟੀ ਮਾਰਨ ਵਾਰ ਫਿਰ ਮੌਤ ਰੋਟੀ ਜਾਣਾ ਛੱਡ ਕੇ ਨਹੀਂ ਜਾਸੀ ਪੜਨਾ ਇੱਕ ਵਾਰੀ ਇੱਕ ਵਕੀਰ ਸਰਦੀ ਦੀ ਰੁੱਤ ਤਾਂ ਤੇ ਕੋਈ ਕੱਪੜਾ ਨਹੀਂ ਸਾਰੀ ਬਿਠਣਾ ਨਹੀਂ ਚੱਲਦਾ ਚੱਲਦਾ ਇੱਕ ਭੱਠੀ ਤੇ ਜਾ ਸਾਹਮਣੇ ਰਾਜੇ ਦਾ ਮਹਿਣ ਹੈ ਰਾਜਾ ਦਿਨ ਤੇ ਆ ਕੇ ਫਕੀਰ ਹੈ ਸਰਦੀ ਦੀ ਰੁੱਤ ਹੈ ਤੰਗ ਦੇ ਕੱਪੜਾ ਨਹੀਂ ਹੁਣ ਜੇ ਫਕੀਰ ਭੱਠੀ ਦੇ ਬੈਠਾ ਨਾਲੇ ਅੰਨ ਸਿੱਖੀ ਜਾ ਰਿਹਾ ਹੈ ਨਾਲੇ ਜੇ ਕੋਈ ਦਾਣਾ ਲੜਾਈ ਤੋਂ ਬਾਅਦ ਡਿੱਗਾ ਜਾ ਕੇ ਮੂੰਹ ਚ ਪਾਣੀ ਛੱਕ ਲਏ ਸਾਰੀ ਰਾਤ ਗੁਜ਼ਰ ਗਈ ਦਿਨ ਚੜਿਆ ਰਾਜੇ ਦਾ ਧਿਆਨ ਫਕੀਰ ਉੱਠੀ ਸੀ ਪ੍ਰਾਪੀ ਮਨ ਚ ਬੜੀ ਹੈਰਾਨੀ ਹੋਈ ਕਿ ਮੈਂ ਰਾਜਾ ਹਾਂ ਮੇਰੇ ਕੋਲ ਮਹਿਲ ਵਾਲੀਆਂ ਨੇ ਤਾਂ ਸੁੰਦਰ ਤੋਂ ਸੁੰਦਰ ਸੇਜਾਂ ਛਾਉਣ ਵਾਸਤੇ ਨੇ ਵਧੀਆ ਤੋਂ ਵਧੀਆ ਦਿਸ ਦੇ ਉੱਪਰ ਲੈਣ ਵਾਸਤੇ ਨੇ ਇੰਨੀ ਸਰਦੀ ਦੇ ਵਿੱਚ ਬੜੀ ਮੁਸ਼ਕਲ ਰਾਤ ਕੱਟੀ ਹੈ ਫਕੀਰ ਦਾ ਕੀ ਹਾਲ ਹੋਇਆ ਉਹਦੇ ਜਿਹੜੇ ਦੰਦ ਵਰਤ ਸੀ ਕੋਈ ਨੀ ਹੁਣ ਤੇ ਰਾਜੇ ਨੇ ਦਫ਼ਤਰ ਨੂੰ ਭੇਜਿਆ ਫਕੀਰ ਨੂੰ ਬੁਲਾਇਆ ਰਾਜੇ ਨੇ ਫਕੀਰ ਨੂੰ ਨਮਸਕਾਰ ਕੀਤੀ ਪੁੱਛਣ ਲੱਗਾ ਇਹ ਫਕੀਰ ਸਾਈ ਇਹ ਦੱਸ ਤੇਰੇ ਰਾਤ ਕਿਹੜੇ ਬੰਦੀ ਤੇਰੀ ਰਾਤ ਕਿਵੇਂ ਗੁਜ਼ਰੀ ਫਕੀਰ ਦੇ ਜਵਾਬ ਦਾ ਕਹਿ ਲੱਗਾ ਐ ਰਾਜ ਖੁਦ ਤੇਰੇ ਵਰਗੀ ਕੋਈ ਤੇਰੇ ਨਾਲੋਂ ਵੀ ਚੰਗੀ ਰਾਜਾ ਹੈਰਾਨ ਹੋਇਆ ਤੇ ਕੁਝ ਮੇਰੇ ਵਰਗੀ ਕੋਈ ਮੇਰਾ ਚੰਗੀ ਇਹ ਕਿਵੇਂ ਕਿ ਮੇਰੇ ਕੋਲ ਇੱਡਾ ਸੁੰਦਰ ਮਕਾਮ ਮਹਿਲ ਨੇ ਵਧੀਆ ਤੋਂ ਸੇਜਾ ਚੰਗੇ ਤੋਂ ਚੰਗੇ ਬਿਸਤਰੇ ਨੇ ਕਿਤੇ ਤਾਂਜੇ ਕੱਪੜਾ ਵੀ ਕੋਈ ਤੂੰ ਕਹਿੰਦਾ ਤੇਰੇ ਨਾਲੋਂ ਚੰਗੀ ਹੁਣ ਫਕੀਰ ਨੇ ਜਵਾਬ ਦਾ ਕਹਿ ਲੱਗਾ ਜਿਸ
ਜਿੱਥੋਂ ਤੱਕ ਮੀਰ ਦਾ ਸਵਾਲ ਹੈ, ਮੀਰ ਬਿਸਤਰੇ ਤੇ ਵੀ ਤੇ ਧਰਤੀ ਦੇ ਕਿੱਕ ਹੋਏ ਹੋਣ ਸੁੱਕੇ ਆਪਾਂ ਪਤਾ ਨੀ ਲੱਗਦਾ ਕਿ ਬਿਸਤਰੇ ਜਾ ਕੇ ਥੱਲੇ ਆ ਤੇ ਤੇਰਾ ਚੰਗੀ ਹੋਣ ਦਾ ਕਾਰਨ ਕਿ ਤੂੰ ਜਿੰਨਾ ਚਿਰ ਜਾਗਦਾ ਹੈ ਕਦੇ ਸੁਰਤੀ ਦੇ ਵਿੱਚ ਵਿਕਾਰ ਵਿਰਤ ਵਿਕਾਰ ਭੋਗਦਾ ਰਹਾ, ਮੈਂ ਜਿੰਨਾ ਚਿਰ ਵੀ ਜਾਗਦਾ ਮਾਰਗ ਨੂੰ ਯਾਦ ਕਰਦਾ ਰਿਹਾ ਚਾਰ ਇਸ ਕਰਕੇ ਤੇ ਮਰ ਗਿਆ। ਰਾਜਾ ਬੜਾ ਹੈਰਾਨ ਹੋ ਗਿਆ, ਕਹਿੰਦਾ ਮੈਂ ਇੱਥੇ ਕਿਸੇ ਮੇਰੇ ਤੇ ਵੀ ਕਿਰਪਾ ਕਰ, ਮੈਨੂੰ ਵੀ ਨਾਮ ਜੀ ਤੇਰੇ ਦਾਸ। ਰਾਜੇ ਸਾਰੀ ਮੂਹਰਾਂ ਦੀ ਉੱਪਰ ਗਈ ਪਰਮਾਤਮਾ ਨੂੰ ਖਰੀਦਿਆ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਹਨੂੰ ਪ੍ਰਾਪਤ ਕਰਨ ਵਾਸਤੇ ਮਨ ਹੁਣ ਕਰਨ ਦੀ ਲੋੜ ਹੈ। ਮਨ ਅਰਥ ਮੈਂ ਤਰੀ ਦੇ ਪੰਜ ਦਿਨਾਂ ਜਿਹੜਾ ਹੋਮੇ ਨੂੰ ਛੱਡ ਕੇ ਮਨ ਉਸ ਪਰਮਾਤਮਾ ਦੇ ਅਰਪਣ ਕਰ ਦਿੰਦਾ ਹੈ, ਉਹਦੇ ਮਾਤ ਦੀ ਕਿਰਪਾ ਬਣਾਉਂਦੀ ਹੈ। ਮੇਰੇ ਸਾਥ ਪਤ ਕਰਦੇ ਨੇ ਕਾ
ਚੰਦਨ
ਸਾਹ ਬਸ਼ੇ ਫਕੀਰ ਬਹਿ ਗਏ ਜਿਹੜਾ ਮੁਕੀ ਸਾਹਿਬ ਕੇ ਜਾਣੇ ਸਭ ਜਨਾ ਚੱਪਣ ਵਾਲੇ ਨਾਮ ਦੁਆਰੀ ਵਿੱਚ ਬੰਦਾ ਇਹਨਾਂ ਦੰਦਾਂ ਦੇ ਨਾਲ ਕਰੋੜਾਂ ਸਾਲ ਨੂੰ ਆਟਾ ਬਣਾ ਦਿੰਦਾ ਕੀ ਦਿੰਦਾ ਸਮਾਂ ਹੋਵੇ ਉਸ ਮੂੰਹ ਦੇ ਵਿੱਚ ਰੋਟੀ ਵੀ ਚੱਕੀ ਹੈ ਸ਼ਮਾ ਹੁੰਦਾ ਹੈ ਮਾਲਕ ਨੇ ਬਾਬਾ ਵੇਖ ਰਿਹਾ ਵਰੀਦਾ ਇੰਨੀ ਨੇਕੀ ਜਾਗੀ ਹੈ ਹਰ ਰੂਹ ਪਰ ਪਾਵੇ ਰੋ ਮਾਰ ਕੇ ਲੱਤਾਂ ਹੋਈ ਨੇ ਪੜ੍ਹਾਈ ਕਿ ਨਹੀਂ ਹੈ ਕਿ ਜਿਸ ਵਕਤ ਮੈਂ ਇਹਨਾਂ ਦੇ ਨਾਲ ਪਵਰੇ ਕਿੰਨੇ ਕੋ ਪਹਾੜ ਕਿੰਨੇ ਕੋ ਧਰਤੀ ਦੇ ਕਿੱਥੇ ਕਿੱਥੇ ਚੱਕਰ ਲਾ ਦੇ ਪਰ ਸਮਾਂ ਆਇਆ ਸਾਥਸ਼ਾਹ ਨੇ ਅੱਠ ਪ੍ਰੀਤੇ ਪੂਜਾ ਸ਼ਾਇਦ ਪਹੁੰਚਿਓ ਸਾਹਮਣੇ ਪਿਆ ਉਹ ਕਰਨ ਵਾਲਾ ਰੁੱਟਾ ਵੀ ਇੰਨੀ ਉਦਰੀ ਕੇ ਉੱਠ ਕੇ ਬਾਲਾ ਦੀ ਸ਼ੌਕ ਪਹੁੰਚ ਦੀ ਪ੍ਰਤੀਕ ਹੋਇਆ ਤਾਂ ਤੋਂ ਜੀਵਨ ਸੁਣਨਾ ਵੀ ਬੰਦ ਹੋ ਗਿਆ ਕਰਨਾ ਚੱਪਾ ਜਲ ਤੰਗ ਸੁਣੇ ਰਹਿ ਗਏ ਅੱਖਾਂ ਦੀ ਜੋ ਜਵਾਬ ਦਿੰਦੀ ਹੈ ਪਰ ਮੰਦਿਰ ਵਾਜਵਾ ਕੇ ਕੋਈ ਸਾਹਮਣੇ ਖੜਾ ਪਛਾਣਿਆ ਹੀ ਪਤਾ ਨਹੀਂ ਮੈਨੂੰ ਦਿਸਦਾ ਨਹੀਂ ਮੈਨੂੰ ਨਾ ਦੱਸੋ ਛੱਡ ਕੇ ਨਾ ਸਾਹ ਕੰਨ ਵੀ ਛੱਡ ਗਈ ਅੱਖਾਂ ਵੀ ਪਰ ਅਗਰ ਸਵਾਸ ਚੱਲ ਰਹੇ ਨੇ ਤੇ ਜਦੋਂ ਇਹ ਹਾਲਤ ਬਦਲਦੀ ਹੋ ਜਾਂਦੀ ਹੈ ਹੇੜਾ ਮੋਤੀ ਧਾਰ ਪਤਾ ਨੀ ਉਸ ਮਾਤਾ ਦੇ ਬੱਚਿਆਂ ਨੂੰ ਕਦੋਂ ਕਾਲ ਨੇ ਆ ਕੇ ਗੱਲ ਕੇ ਰਸਾ ਪਾ ਕੇ ਸਹਾਈ ਮਾਤੇ ਦਾ ਸਿਰ
Thank you.
ਵਿਛੜੀ ਆਤਮਾ ਦੀ ਰੂਹ ਸ਼ਾਂਤੀ ਲਈ ਅੰਤਮ ਅਰਦਾਸ ਕੀਤੀ ਗਈ। ਪ੍ਰਾਣ ਲਾਉ ਨਾ ਕੋ ਰਹੀ ਰੰਗ ਨਾ ਕੌਂਕ ਫਕੀਰ ਵਾਰੀ ਆ ਤੂੰ ਆਪਣੀ ਕੋਈ ਨਾ ਧਰਤੀ ਦੇ ਪਾਉਣ ਪੁੱਤਰ ਗੁਰਵਾਤਾ ਸਾ ਭਾਈਸ਼ਰ ਭਾਈ ਪ੍ਰਣਾਮ ਸਿੰਘ ਰਾਜਿਓ ਕੁਝ ਦਿਨ ਹੋਏ ਹਨ ਸੰਸਾਰ ਦੀ ਯਾਤਰਾ ਨੂੰ ਪੂਰਾ ਕਰਦਿਆਂ ਹੋਇਆ ਆਪ ਦੀ ਚਰਨਾਂ ਦੇ ਰਾਜੀ ਗੁਰੂ ਗਰੀਬ ਦਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬਾਦ ਪਰਿਵਾਰ ਵੱਲੋਂ ਆਪ ਜੀ ਦੇ ਭਾਰ ਨੂੰ ਸਿੱਧੇ ਮੱਥੇ ਮੰਨਦਿਆਂ ਉਹਨਾਂ ਦੇ ਨਗਰ ਧੋਕੀ ਬਾਣੀ ਆਈ ਸਾਈ ਜੀ ਦੇ ਪਾਵਨ ਮਿੱਤਰ ਸਹਿਜ ਪਾਠ ਪ੍ਰਭਤਾ ਕੀ ਭੋਗ ਪਵਾਏ ਗੁਰਬਾਣੀ ਦੇ ਜਾਪ ਕਰਦਿਆਂ ਆਪ ਜੀ ਦੀ ਪਾਠੀ ਸਿੰਘਾਂ ਕੋਲੋਂ ਕੀਰਤਨ ਚਾਰਨ ਕਰਦਿਆਂ ਸੁਣਦਿਆਂ ਪਰਿਵਾਰ ਦੇ ਕੋਲ ਸੇਵਾ ਕਰਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਪੁਰਸਾਂ ਭਰੀਆਂ ਬਖਸ਼ਣ ਕਰੋ ਗਰੀਬ ਰਾਜ ਕਿਰਪਾ ਕਰਨੀ ਪਾਈਆਂ ਪੁੱਗਾਂ ਗਲਤੀਆਂ ਸਾਬਰੋ ਚੰਗੇ ਹਾਂ ਮੁੰਡੇ ਹਾਂ ਤੇਰੇ ਹਾਂ ਕਿਉਂ ਰਾਜ ਗਰੀਬ ਰਾਜ ਕਿਰਪਾ ਕਰਨੀ ਤੇਰਿਆਂ ਦੀ ਤੈਨੂੰ ਰਾਜ ਹੈ ਪਰਦੇ ਕਰ ਸਾਡੇ ਤਰਦੇ ਹੋਏ ਮਨ ਤੋਂ ਸ਼ਾਂਤੀ ਸਾਡੀ ਟੁੱਟੀ ਕਢੋ ਸਾਡੇ ਆਪ ਹੀ ਹਿਰਦਿਆਂ ਵਿੱਚ ਰਸ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬੜੇ ਸੋਹਣੇ ਗੁਰਬਾਣੀ ਅਤੇ ਕਥਾ ਕੀਰਤਨ ਦਾ ਭਾਵ ਸੇਵਕ ਪਰਿਵਾਰ ਦੀ ਕਿਰਪਾ ਕਰਦਿਆਂ ਹੋਇਆਂ ਉਹਨਾਂ ਦੇ ਵਿੱਚੋਂ ਵਿਛੜੀ ਸੱਚੇ ਪਾਤਸ਼ਾਹ ਇੱਕ ਹੋਰ ਕਾਲਜੁਗ ਦੇ ਵਿੱਚ ਵਿਚਰਦਿਆਂ ਹੋਇਆਂ ਬੇਅੰਤ ਹੀ ਪ੍ਰਕਾਰ ਦੀਆਂ ਪੁੱਤਾਂ ਬੇਅੰਤ ਹੀ ਗਲਤੀਆਂ ਹੋਈਆਂ ਹੋਈਆਂ ਸਭ ਬਖਸ਼ਣ ਕਰ ਗਰੀਬ ਰਾਜ ਲਿਖ ਕਰਦੇ ਦਾ ਸ਼ੁਰੂ ਹੈ
ਖੇਲ ਖੇਲ ਭੁੰਨਣ ਹਾਰ ਬਖਸ਼ਣ ਹਾਰ ਬਖਸ਼ਿਆ ਨਾਨਕ ਵਿਛੜੀ ਹੋਈ ਆਤਮਾ ਨੂੰ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਵਾਸ ਸਭ ਪ੍ਰਕਾਰ ਦੇ ਪਰਦੇ ਢੱਕ ਲੈਣੇ ਆਵਤ ਆਉਂਦੇ ਚੱਕਰਾਂ ਤੋਂ ਬਚਾਉਣਾ ਕਿ ਗਰੀਬ ਨਾਥ ਜੀ ਅੱਗੇ ਤੋਂ ਕਿਰਪਾ ਕਰਕੇ ਪਰਿਵਾਰ ਦੇ ਸਿਰ ਤੇ ਹੱਥ ਰੱਖਣਾ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ, ਸਮੂਹ ਪਰਿਵਾਰ ਨੂੰ ਚੜ੍ਹਦੀਆਂ ਕਲਾਕਾਰ ਦੁਸ਼ਤੀਆਂ, ਆਪਸੀ ਨਿਰਵਰਤਨ ਅਤਿਹਾਰ ਪਿਆਰ, ਨਾਮ ਦਾਨ ਸਿੱਖੀ ਜੀਵਨ ਅਤੇ ਚੜ੍ਹਦੀਆਂ ਕਲਾ ਬਖਸ਼ਣ। ਆਉਣ ਵਾਲੇ ਸਮੇਂ ਪਰਿਵਾਰ ਵਾਸਤੇ ਖੁਸ਼ੀਆਂ ਦੇ ਸੁਭਾਗੇ ਭਰੇ ਸਮੇਂ ਪਰਿਵਾਰ ਨੂੰ ਬਖਸ਼ਣ। ਉਪਰੰਤ ਰੱਬੀ ਬਾਣੀ ਤੋਂ ਪਵਿੱਤਰ ਹੁਕਮਨਾਮਾ ਲਿਆ ਗਿਆ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਹਣੇ ਮਹਲਾ ਪੰਜਵਾਂ, ਘੜੀ ਵਿੱਚ ਪਹੁੰਚੀ ਸਮੂਹ ਸੰਗਤ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੜੇ ਹੀ ਵਿਰਾਰਮਈ ਸੋਗ ਦੇ ਸਮੇਂ ਤੇ ਸਾਰੀ ਸੰਗਤ ਇਕੱਤਰ ਹੋਏ ਹਾਂ। ਸਾਡੇ ਵੱਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਕਲੇਰ, ਜੋ ਅੱਜ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜੋ ਵੀ ਸਾਰੀ ਸੰਗਤ ਸ਼ਾਮਲ ਹੋਈ ਹੈ, ਅਸੀਂ ਉਹਨਾਂ ਨੂੰ ਸਭ ਨੂੰ ਇੱਥੇ ਆਉਣ ਤੇ ਜੀ ਆਇਆ ਅਤੇ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਦੁੱਖ ਨੂੰ ਵੰਡਾਉਣ ਵਿੱਚ ਅੱਜ ਸ਼ਾਮਲ ਹੋਏ ਹੋ,
ਸਾਡਾ ਦੁੱਖ ਘੱਟ ਕਰਨ ਵਾਸਤੇ ਤੁਸੀਂ ਜੋ ਉਪਰਾਲਾ ਕੀਤਾ ਆਪਦਾ ਟਾਈਮ ਕੱਢ ਕੇ ਆਏ ਹੋ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਬਾਈ ਜੀ ਗੁਰੂ ਨਾਨਕ ਸਿੰਘ ਜੀ ਦਾ ਜੀਵਨ ਬੜਾ ਹੀ ਸੰਘਰਸ਼ਮਈ ਜੀਵਨ ਰਿਹਾ। ਇਹਨਾਂ ਦਾ ਨੌਜਵਾਨ ਪੁੱਤਰ ਜੋ ਕਿ ਛੋਟੀ ਉਮਰ ਦੇ ਵਿੱਚ ਹੀ ਅਜੇ ਮਸਾਂ 24-25 ਸਾਲ ਦਾ ਹੀ ਹੋਊਗਾ ਜੋ ਸੁਰਗਵਾਸ ਹੋ ਗਿਆ, ਉਦੋਂ ਤੋਂ ਲੈ ਕੇ ਬਾਈ ਜੀ ਨੇ ਲੱਕ ਬੰਨ ਕੇ ਆਪਦੇ ਪਰਿਵਾਰ ਦੀ ਸੇਵਾ ਕੀਤੀ। ਫਿਰ ਹੌਲੀ ਹੌਲੀ ਬਿਰਧ ਅਵਸਥਾ ਦੇ ਵਿੱਚ ਆ ਕੇ ਬੜੇ ਕਮਜ਼ੋਰ ਹੋ ਗਏ ਤੇ ਇਹਨਾਂ ਦੀ ਸੇਵਾ ਤਾਂ ਬੀਬੀਆਂ ਦਾ ਮੈਂ ਇਹ ਬਿਆਨ ਨਹੀਂ ਕਰ ਸਕਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਸੇਵਾ ਕੀਤੀ। ਅਤੇ ਮੋਗੇ ਵਾਲਾ ਪਰਿਵਾਰ ਇਹਨਾਂ ਨੇ ਵੀ ਇਹਨਾਂ ਦਾ ਇੰਨੀ ਬਾਂਹ ਫੜੀ ਕਿ ਸੇਵਾ ਇਹੋ ਜਿਹੀ ਕਰਨੀ ਸੰਭਾਲਣੀ ਤੇ ਸਾਰਿਆਂ ਦੇ ਵੱਸ ਨਹੀਂ ਹੁੰਦੇ। ਕੋਟਲੇ ਵਾਲਾ ਪਰਿਵਾਰ ਉਹਨਾਂ ਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ। ਹੋਰ ਵੀ ਜਿੰਨੇ ਤੇ ਸਾਡੀਆਂ ਬੱਚੀਆਂ ਅਤੇ ਸਾਡੇ ਜਵਾਈ ਇਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਸਾਡਾ ਸਹਿਯੋਗ ਦਿੱਤਾ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਜੀਆ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੰਤ ਵਿਚ ਪਰਿਵਾਰ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਗੁਰਦੁਆਰਾ ਸਾਹਿਬ ਲਈ ਕੁਝ ਰਾਸ਼ੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸਿਰ ਪਾਉ ਦੀ ਬਖਸ਼ਿਸ਼ ਵੀ ਕੀਤੀ ਗਈ।